نحمده نصلي على رسوله الكريم أما بعد فأعوذ بالله من الشيطان الرجيم بسم الله الرحمن الرحيم فاذكروني أذكركم واشكروا لي ولا تكفرون آمنت بالله صدق الله العلي العظيم وصدق رسوله النبي الكريم ونحن على ذلك من الشاهدين والشاكرين والحمد لله رب العالمين معراج کے شب کہتا تھا خدا تو اور نہیں میں اور نہیں معراج کے شب کہتا تھا خدا تو اور نہیں میں اور نہیں محبوب میرے آیا سامنے آ اور نہیں میں اور نہیں محبوب میرے آیا سامنے آ تو اور نہیں میں اور نہیں جس نور سے تجھ کو بنایا ہے وہ نور حقیقی میرا ہے جس نور سے تجھ کو بنایا ہے وہ نور حقیقی میرا ہے پردائے بظاہر صورت کا تو اور نہیں میں اور نہیں پردائے بظاہر صورت کا تو اور نہیں میں اور نہیں معراج کی شب کہتا تھا خدا تو اور نہیں میں اور نہیں ہر چیز قدر ادوں پاندی ہے جدوں نکل ہتھاں وچوں جاندی ہے تیری عمر وی گھٹدی جاندی ہے نیکی کمایا جو وقت ہے سندر جوانی نہ رہی مشل نورانی نہ رہی کچھ بھی نشانی نہ رہی دار البقا جاتے رہے اللہ پاک او ذات جس نے بغیر تھما دے آسمان نو چھت بنایا پاک او ذات جس پانی دے اتے مٹی دا بچھونا بچھایا میں مختصر جی عرض کراں گا کچھ دوست بیت ہون واسطے آئے نے انہاں دی خوش نصیبی ہے بندے ساری دنیا نمازی بن جاوے تے اللہ دا کی ود جاوے گا جے ساری دنیا نماز چھڑ جاوے اللہ دا کی گھٹے جاوے ساڈی اپنی خوش نصیبی ہے ساڈے بزرگوں نے جڑے شیراں دا شکار کردے ہیں ساڈے بزرگوں نے جڑے چڑیاں دا شکار نہیں کردے بازاں دا کردے ہیں جتھے جتھے بھی باز یا شیر ہیں یہ آپ پہ ہی آ جاندے ہیں ساڈا دا نام ہی بنیا
ਐਵੇਂ ਆਸ ਰਹੀ ਹੈ। ਜਿਨਸ ਬ ਜਿਨਸ ਕਰਦ ਪਰਵਾਜ਼, ਕਬੂਤਰ ਬ ਕਬੂਤਰ ਜ਼ਾਗ ਬ ਜ਼ਾਗ। ਮਯੂਸ ਨਹੀਂ ਹੋ, ਮੁਖਤਾਰੇ ਨੂੰ ਤਾਂ ਸਭ ਕੁਛ ਮਿਲ ਗਿਆ, ਸਾਨੂੰ ਕੁਛ ਨਹੀਂ ਮਿਲਿਆ। ਇਹ ਵੀ ਪਹਿਲੇ ਤੁਹਾਡੇ ਤਰ੍ਹਾਂ ਹੀ ਹੁੰਦਾ ਸੀ, ਮੈਂ ਵੀ ਪਹਿਲੇ ਤੁਹਾਡੇ ਤਰ੍ਹਾਂ ਹੀ ਹੁੰਦਾ ਸੀ। ਇੰਜ ਦਾ ਰੰਗ ਚੜਾ ਛੱਡਦੇ ਨੇ, ਕੋਈ ਪਛਾਣ ਨਹੀਂ ਸਕਦਾ ਹੈ ਗੱਧਾ ਹੈ ਕਿ ਸ਼ੇਰ ਹੈ। ਮੇਰੇ ਸੱਜਣ ਸਾਈਂ, ਐਸੇ ਤਰੀਕੇ ਨਾਲ ਸਾਡੇ ਉੱਤੇ ਸ਼ੇਰਾਂ ਦੀ ਖਲੜੀ ਚੜਾ ਛੱਡੀ ਹੈ। ਹਾਂ ਗੱਧੇ ਹਰਕਤਾਂ ਗੱਧਿਆਂ ਵਾਲੀਆਂ ਅਜੇ ਵੀ ਕਰ ਜਾਂਦੇ ਹਾਂ, ਪਰ ਵਾਰਸ ਤਕੜੇ ਨੇ। ਚੰਗਾ ਜੇ ਨਸੀਬ ਹੋਵੇ ਚੰਗੀ ਰਹਿਨੁਮਾਈ ਹੋਵੇ, ਨਸੀਬ ਚੰਗੇ ਹੋਣ ਤਾਂ ਪੀਰ ਚੰਗਾ ਮਿਲਦਾ। ਮੁੜ ਜਿਸ ਵਕਤ ਤੁਸੀਂ ਮੁਰੀਦ ਹੋ ਜਾਂਦੇ ਹੋ ਜਾਂ ਮੈਂ ਹੋ ਜਾਂਦਾ, ਫਿਰ ਸ਼ੈਤਾਨ ਪੂਰੀ ਕੋਸ਼ਿਸ਼ ਕਰਦਾ ਕਿ ਇਹ ਬੰਦੇ ਹੁਣ ਕਿਸੇ ਕਮਾਲ 'ਤੇ ਪਹੁੰਚ ਜਾਵਣ, ਇਧਰੋਂ ਇਹ ਟੁੱਟਣ, ਹੋਰ ਦੇਖਦੇ ਮੁਰੀਦ ਹੋ ਜਾਵਣ। ਹਜ਼ਾਰੋਂ ਰਹਿਜ਼ਨ ਫਿਰਦੇ ਹੈ ਲਿਬਾਸੇ ਖਿਜ਼ਰ ਮੇਂ, ਕਈ ਪੀਰਾਂ ਦੇ ਪੁੱਤਰ ਫਿਰਦੇ ਨੇ, ਲੋਕ ਉਹਨਾਂ ਨੂੰ ਪੀਰ ਸਮਝਦੇ। ਉਹਨਾਂ ਪੁੱਤਰਾਂ ਕੋਲੋਂ ਪੁੱਛੋ ਵੀ ਤੂੰ ਮੁਰੀਦ ਵੀ ਹੋਇਆ ਕਿ ਨੰਦਾ ਨਹੀਂ। ਉਹ ਮੁਰੀਦ ਨਹੀਂ ਹੋਇਆ, ਤੁਹਾਨੂੰ ਫਾਇਦਾ ਨਹੀਂ ਹੋਵੇਗਾ। ਅਤੇ ਜਿਹੜਾ ਮੁਰੀਦ ਹੋਵੇ ਭਾਵੇਂ ਹਬਸ਼ 'ਚ ਹੋਵੇ, ਉਹ ਮਾਲਾ ਮਾਲ ਹੋ ਜਾਂਦਾ ਹੈ। ਅਤੇ ਜਿਹੜਾ ਮੁਰੀਦ ਨਾ ਹੋਵੇ, ਭਾਵੇਂ ਚਾਚਾ ਹੋਵੇ, ਕੋਲ ਵੀ ਬੈਠਾ ਰਹੇ ਤਾਂ ਫਾਇਦਾ ਨਹੀਂ ਹੁੰਦਾ। ਇਹ ਸਾਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਅੱਲਾਹ ਦੀ ਜ਼ਾਤ ਦਾ, ਅੱਲਾਹ ਤਾਲਾ ਸਾਨੂੰ ਨੇ ਐਸੀ ਜਮਾਤ ਫਰਮਾਈ। ਯਾ ਅੱਲਾ ਇਸਤਕਾਮਤ ਦੇਵੇਂ, ਭਰਿਆ ਉਸ ਦੇ ਜਾਣੀ ਹੈ ਜਿਸ ਦਾ ਤੋੜ ਜਿਹੜੇ ਜਿਹੜੇ ਦੋਸਤ ਅੱਗੇ ਮੁਰੀਦ ਨੇ ਉਹਨਾਂ ਨੂੰ ਵੀ ਮੁਬਾਰਕ ਹੋਵੇ। ਹੁਣ ਤਰੱਕੀ ਤਾਂ ਤੁਸੀਂ ਆਪ ਕਰਨੀ ਹੈ, ਕੱਪ ਜਿੱਤਣ ਦੀ ਕੋਸ਼ਿਸ਼ ਕਰੋ, ਕੱਪ ਮੈਂ ਉਠਾਉਣਾ। ਹੁਣ ਤੇਰੇ ਜ਼ਿਹਨ 'ਚ ਸ਼ੁਰੂ ਤੋਂ ਦੁਨੀਆ ਵੜ ਗਈ ਕਿ ਮੈਂ ਪੀਰਾਂ ਕੋਲ ਦੁਆ ਕਰਾਵਾਂਗਾ, ਮੇਰਾ ਕਾਰੋਬਾਰ ਚੱਲ ਪਵੇਗਾ। ਇੱਕ ਬਜ਼ੁਰਗ ਹੁੰਦੇ ਨੇ ਜਿਹੜੇ ਸਿਰਫ ਦੁਨੀਆ ਦੇ ਸਕਦੇ ਨੇ। ਮੇਰਾ ਖਿਆਲ ਹੈ, ਮੈਨੂੰ ਸਹੀ ਯਾਦ ਨਹੀਂ, ਉਹਨਾਂ ਨੂੰ ਸੱਦੇ ਨੇ ਅਹਿਲੇ ਤਕਵੀਨ। ਉਹ ਸਿਰਫ ਦੁਨੀਆ ਦੇ ਸਕਦੇ ਨੇ, ਦੀਨ ਨਹੀਂ ਦੇ ਸਕਦੇ। ਇੱਕ ਬਜ਼ੁਰਗ ਉਹ ਹੁੰਦੇ ਨੇ ਜਿਹੜੇ ਦੀਨ ਵੀ ਦਿੰਦੇ ਨੇ ਅਤੇ ਦੁਨੀਆ ਵੀ ਦਿੰਦੇ ਨੇ। ਮੇਮ ਮੁਰਸ਼ਦ ਉਹ ਸਹੇੜੀਏ ਜਿਹੜਾ ਦੋ ਜਗ ਖੁਸ਼ੀ ਵੀ ਖਾਵੇ। ਪਹਿਲੇ ਗਮ ਦੁਨੀਆ ਦੇ ਮੇਟੇ, ਵਤ ਰਾਹ ਰੱਬ ਦਾ ਸਮਝਾਵੇ। ਪਹਿਲੇ ਦੁਨੀਆ ਦੀਆਂ ਮੁਸ਼ਕਲਾਂ ਆਸਾਨ ਕਰੇ, ਫਿਰ ਆਖਰਤ ਦੀ ਰਾਹ ਵੀ ਆਸਾਨ ਕਰ ਦੇ। ਜਿਸ ਵਕਤ ਮੇਰੇ ਪੀਰ ਸਾਹਿਬ ਫਰਮਾਉਂਦੇ ਹਨ ਇਸ ਨਮਾਜ਼ ਪੜ੍ਹਦੇ ਹੋ, ਨਮਾਜ਼ ਪੜ੍ਹਨ ਦੇ ਬਾਅਦ ਕੰਮ ਅਜ਼ ਕੰਮ ਇੱਕ ਘੰਟਾ ਤਾਂ ਨਮਾਜ਼ ਹੀ ਰਹਿ ਕਰੋ। ਨਮਾਜ਼ 'ਚ ਗਾਲਾਂ ਕੱਢਦਾ ਬੰਦਾ, ਨਮਾਜ਼ 'ਚ ਸਿਗਰਟਾਂ ਪੀਂਦਾ ਬੰਦਾ, ਨਮਾਜ਼ ਵਿੱਚ ਗਾਲਾਂ ਦਿੰਦਾ ਬੰਦਾ। ਇੱਕ ਘੰਟਾ ਰੋਜ਼ ਦੀ ਮਸ਼ਕ ਕਰੇ ਤਾਂ ਤੂੰ ਹਰ ਵਕਤ ਨਮਾਜ਼ 'ਚ ਆਉਣਾ ਕਰ। ਸਾਰੇ ਬੰਦੇ ਨਮਾਜ਼ਾਂ ਪੜ੍ਹਦੇ, ਸਾਡੇ ਜੈਸੇ ਗੰਦੇ ਕਮਜ਼ੋਰ ਗਰੀਬ ਮੁਫਲਸ ਆਦਮੀ, ਖੁਦਾ ਸਾਨੂੰ ਜਿਹੜੀ ਸ਼ੈ ਦਿੱਤੀ ਹੋਈ ਹੈ ਉਹ ਉਹਨਾਂ ਕੋਲ ਕੋਈ ਨਹੀਂ। ਮੌਲਾਨਾ ਰੋਮ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ, ਅਗਰ ਦੁਨੀਆ ਦੇ ਬਾਦਸ਼ਾਹ ਨੂੰ ਪਤਾ ਚੱਲ ਜਾਵੇ ਕਿ ਫਕੀਰ ਨੂੰ ਸਕੂਨ ਕਿਤਨਾ, ਉਹ ਇਹਨੂੰ ਆਖੇ ਨਾ ਸਾਰੀ ਦੁਨੀਆ ਦਾ ਬਾਦ, ਮੈਂ 30 ਸਾਲ ਦੀ ਬਾਦਸ਼ਾਹੀ ਤੈਨੂੰ ਦਿੰਦਾ, ਅਤੇ ਇੱਕ ਘੜੀ ਦੀ
ਜਿਹੜੀ ਸਕੂਨ ਦੀ ਜ਼ਿੰਦਗੀ ਉਹ ਮੈਨੂੰ ਦੇ ਛੱਡ। ਇਹ ਫਕੀਰ ਸੌਦਾ ਨਹੀਂ ਕਰੇ, ਜੇ ਸਕੂਨ ਨਹੀਂ ਤਾਂ ਕੋਈ ਜ਼ਿੰਦਗੀ, ਸਕੂਨ ਨਹੀਂ ਤਾਂ ਬੰਦੇ ਖੁਦਕੁਸ਼ੀਆਂ ਨਹੀਂ ਕਰ ਲੈਂਦੇ। ਇਹ ਆ ਵਜ੍ਹਾ ਹੈ ਕਿ ਉਸ ਜ਼ਿੰਦਗੀ ਦਾ ਮਜ਼ਾ ਹੀ ਕੋਈ ਨਹੀਂ ਜਿਹਦੇ ਵਿੱਚ ਸਕੂਨ ਨਾ ਹੋ। ਉਹ ਬੰਦਾ ਅੱਲਾਹ ਦੀ ਮੁਹੱਬਤ ਲੱਭਣਾ ਹੈ। ਮੇਰੇ ਪੀਰ ਮਿੱਠਾ ਰਹਿਮਤੁੱਲਾਹ ਅਲੈਹ ਕੋਲ ਵੀ ਕੋਈ ਬੰਦਾ ਗਿਆ ਅੱਲਾਹ ਦੀ ਮੁਹੱਬਤ ਲੱਭਣ ਵਾਸਤੇ, ਆਪ ਉੱਠ ਕੇ ਖੜ੍ਹੇ ਹੋ ਉਹਨੂੰ ਮਿਲੇ। ਆਪ ਫਰਮਾਉਂਦੇ ਨੇ ਮੇਰਾ ਅਸਲ ਗਾਹਕ ਤਾਂ ਅੱਜ ਆਇਆ। ਕੋਈ ਆਉਂਦਾ ਹੈ ਮੇਰੀ ਬੀਵੀ ਰੁੱਸ ਗਈ ਹੈ, ਕੋਈ ਆਉਂਦਾ ਹੈ ਮੇਰੀ ਸ਼ਾਦੀ ਨਹੀਂ ਪਈ ਹੁੰਦੀ, ਕੋਈ ਆਉਂਦਾ ਮੇਰੀ ਔਲਾਦ ਨਹੀਂ ਪਈ ਹੁੰਦੀ, ਕੋਈ ਆਉਂਦਾ ਮੇਰਾ ਕਾਰੋਬਾਰ ਕੋਈ ਨਹੀਂ। ਬਜ਼ੁਰਗ ਇੱਡਾ ਰਾਜ਼ੀ ਨਹੀਂ ਹੁੰਦਾ। ਇਹ ਜਿੰਨਾ ਪੀਰ ਨਹੀਂ ਪਕੜੇ ਹੋਏ ਉਹਨਾਂ ਨੂੰ ਔਲਾਦ ਨਹੀਂ ਹੋ ਜਾਂਦੀ, ਉਹਨਾਂ ਦੀਆਂ ਸ਼ਾਦੀਆਂ ਨਹੀਂ ਆਉਂਦੀਆਂ, ਉਹਨਾਂ ਦੀਆਂ ਰੁਸੀਆਂ ਬੀਵੀਆਂ ਨਹੀਂ ਮੰਨ ਜਾਂਦੀਆਂ, ਫਿਰ ਪੀਰ ਕੋਲ ਜਾਵਣ ਲਈ ਕਿਹੜੀ ਲੋੜ। ਉਹ ਪੀਰ ਕੋਲ ਜਾਓ ਜਿਹੜਾ ਸੌਦਾ ਆਖਰਤ ਦਾ ਉਹ ਮੰਗੋ। ਜ਼ਿੰਮੀਦਾਰ ਕਣਕ ਬੀਜਦਾ, ਇਹ ਤੂੜੀ ਵਾਸਤੇ ਬੀਜਦਾ, ਤੂੜੀ ਆਪੇ ਹੀ ਆ ਜਾਂਦਾ। ਜਿਤਨੇ ਦਾਣੇ ਜ਼ਿਆਦਾ ਹੋਣਗੇ ਨਾ ਉਹ ਤੇਰੀ ਤੂੜੀ ਉਤਨੀ ਜ਼ਿਆਦਾ ਆਉਣੀ ਹੈ। ਮੱਝਾਂ ਜ਼ਿੰਮੀਦਾਰ ਜਾਂ ਤੂੰ ਮੈਂ ਰੱਖਦੇ ਹਾਂ ਗੋਹੇ ਵਾਸਤੇ ਰੱਖਦੇ ਹਾਂ, ਦੁੱਧ ਵਾਸਤੇ, ਦੀਨ ਦੁੱਧ ਹੈ, ਦੁਨੀਆ ਗੋਹਾ ਹੈ, ਗੋਹਾ ਤਾਂ ਆਪੇ ਹੀ ਆ ਜਾਂਦਾ। ਤੂੰ ਦੀਨ ਵਾਸਤੇ ਦੁੱਧ ਵਾਸਤੇ ਮਿਹਨਤ ਕਰਦਾ ਰਹਾ, ਇਹ ਸਾਰੀਆਂ ਚੀਜ਼ਾਂ ਕਮੀ ਨਾ ਰਹੇ। ਇਹ ਉਹ ਬਜ਼ੁਰਗ ਨਹੀਂ ਜਿਹੜੇ ਹਾੜੀ ਸੋਹਣੀ ਤੇਰੇ ਕੋਲ ਮੰਗਦੇ ਨੇ। ਕਦੇ ਗਏ ਜਿਹੜੇ ਸਿੰਧ ਗਏ ਨੇ ਵੇਖ ਕੇ ਆਨੇ ਪੀਰ ਹਜ਼ੂਰ ਸੋਹਣਾ ਸਿੰਘ ਦੇ ਮਜ਼ਾਰ 'ਤੇ ਖਜ਼ਾਨੇ ਕੋਈ ਨਹੀਂ, ਵੀ ਅਸੀਂ ਤਾਂ ਕੁਝ ਨਹੀਂ ਮੰਗਦੇ ਅਤੇ ਖਜ਼ਾਨਾ ਹੀ ਤਾਂ ਕੁਝ ਪਾ ਜਾ। ਆਪ ਨੇ ਫਰਮਾਇਆ ਖਜ਼ਾਨੇ ਨਹੀਂ ਬਣਾਓ, ਨਾ ਖਜ਼ਾਨਾ ਹੋਵੇਗਾ ਅਤੇ ਨਾ ਕੋਈ ਪੈਸੇ ਵਿੱਚ ਪਾਵੇਗਾ। ਇਹ ਮੇਰੇ ਮਹਿਬੂਬ ਸੱਜਣ ਸਾਈਂ ਜਦੋਂ ਛੋਟੇ ਹੁੰਦੇ ਸਨ ਅਤੇ ਜਿਹੜੀ ਇਹਨਾਂ ਦੀਆਂ ਕਮੀਜ਼ਾਂ ਸੀਫਦੀਆਂ ਸਨ ਉਹਨਾਂ ਨੂੰ ਹਜ਼ੂਰ ਜੇਬ ਨਾ ਲਵਾਉਣ ਦਿੰਦੇ, ਵੀ ਵਿੱਚ ਕੋਈ ਪੈਸੇ ਨਾ ਪਾ ਦੇ, ਇਹ ਛੋਟੇ ਨੇ ਇਹ ਨਾ ਨਹੀਂ ਕਰ ਸਕਣਗੇ। ਐਸੀ ਤਲੀਮ ਦਿੱਤੀ ਮੇਰੇ ਪੀਰ ਸੋਹਣਾ ਸਾਈ ਨੇ ਸੱਜਣ ਸਾਈ ਨੇ, ਕਮਾਲ 'ਤੇ ਲੈ ਗਏ। ਅੱਜ ਕਾਮਲ ਤਾਂ ਕਈ ਉਹਨਾਂ ਦੀ ਸੋਭਤ 'ਚ ਬਣਦੇ ਨੇ। ਕਾਮਲ ਲੱਭਣਾ ਆਵੇ ਤਾਂ ਮੇਰੇ ਪੀਰ ਦੀਆਂ ਖਲੀਫਿਆਂ ਵਿੱਚੋਂ ਲੱਭ। ਮੇਰਾ ਪੀਰ ਅਕਮਲ, ਇਹ ਹੈ ਫਰਦ। ਜਿਹੜੇ ਦੋਸਤ ਮੁਰੀਦ ਹੋਏ ਨੇ ਜਾਂ ਵੇਖੋ ਬੱਚੇ ਅੱਜ ਆਏ ਨੇ ਤੋਂ ਪਹਿਲਾਂ ਕਿ ਮੁਰੀਦ ਹੋਣਾ ਹੈ, ਕਾਫੀ ਦੂਰੋਂ ਆਏ ਨੇ, ਉਹਨਾਂ ਦੇ ਨਸੀਬ ਮੁਰੀਦ ਹੋ ਕੇ ਫਿਰ ਡੱਡੂ ਨਹੀਂ ਬਣਨਾ, ਕਛਵਾ ਨਹੀਂ ਬਣਨਾ, ਮੱਛੀ ਬਣਨਾ। ਮੱਛੀ ਪਾਣੀ ਦਾ ਜਾਨਵਰ, ਡੱਡੂ ਪਾਣੀ ਦਾ ਜਾਨਵਰ, ਕਛਵਾ ਪਾਣੀ ਦਾ ਜਾਨਵਰ। ਡੱਡੂ ਜਿਹਦੇ ਮਰਜ਼ੀ ਲਗਾ ਜਾਂਦਾ, ਪਾਣੀ ਦੀ ਪਰਵਾਹ ਨਹੀਂ ਕਰਦਾ, ਕਛਵਾ ਜਿਹਦੇ ਮਰਜ਼ੀ ਕਰਦਾ ਜਾਂਦਾ। ਲੇਕਿਨ ਮੱਛੀ ਇਹ ਪਾਣੀ ਦੇ ਬਗੈਰ ਰਹਿ ਨਹੀਂ ਸਕਦਾ। ਪੀਰ ਦੂਰ ਹੁੰਦੇ ਹੀ ਨਹੀਂ, ਐਤਕੀ ਕੁਛ ਲੋਕ ਕੋਲ ਬੈਠੇ ਹਨ ਮੇਰੇ ਅਤੇ ਮੈਂ ਉਹ ਸ਼ੇਰ ਬਣਾਇਆ ਨਾ, ਕਰੋ ਦੂਰ ਮੇਰੀ ਦੂਰੀ ਰਵਾਂ ਵਿੱਚ ਮੈਂ ਹਜ਼ੂਰੀ ਅੱਲਾ ਬਾਰੇ, ਕਰੋ ਦੂਰ ਮੇਰੀ ਦੂਰੀ, ਕਰੋ ਦੂਰ ਮੇਰੀ
ਰਾਵਾਂ ਵਿੱਚ ਮਹਿਲੋ ਰੇ ਅੱਲਾ ਬਾਰ ਹਜ਼ਰਤ ਸਾਹਿਬ ਫਰਮਾਉਂਦੇ ਨੇ ਹਮ ਕਬ ਆਪਸੇ ਦੂਰ ਹਮ ਆਪਕੇ ਸਾਥ ਰਹਿਤੇ ਹੈਂ ਅਲੋਕੀ ਮੁਰਸ਼ਦ ਦੇ ਨਾਲ ਰਹਿੰਦੇ ਮੇਰਾ ਮੁਰਸ਼ਦ ਮੇਰੇ ਨਾਲ ਯਾਰੋ ਅਲੋਕੀ ਮੁਰਸ਼ਦ ਦੇ ਨਾਲ ਰਹਿੰਦੇ ਮੇਰਾ ਮੁਰਸ਼ਦ ਮੇਰੇ ਨਾਲ ਇੰਝ ਸਮਝ ਚੱਲਦਾ ਫਿਰਦਾ ਉੱਠਦਾ ਬਹਿੰਦਾ ਹਰ ਵਕਤ ਯਾਦ ਰੱਖੀਆਂ ਆਪਣੇ ਪੀਰ ਨੂੰ ਪੀਰ ਦੀ ਸੋਭਤ 'ਚ ਬੈਠਿਆਂ ਅੱਲਾ ਦਾ ਜ਼ਿਕਰ ਵੀ ਨਾ ਕਰੋ ਮੈਂ ਸੰਗ ਕੇ ਪਿਆ ਨਾ ਫਿਰ ਮੈਂ ਮੁਫਤੀਆਂ ਕੋਲ ਸੁਣਿਆ ਮੁਫਤੀਆਂ ਆਖਿਆ ਇਹ ਵੀ ਬੇਅਦਬੀ ਹੈ ਉਸ ਵਕਤ ਪੀਰ ਵਾਲੇ ਤਵੱਜੋ ਜ਼ਾਰਾ ਪੀਰ ਪ੍ਰਸਤੀ ਹੈ ਹਕੀਕਤ ਮੈਂ ਖੁਦਾ ਪ੍ਰਸਤੀ ਮੁਰੀਦ ਹੋ ਗਿਆ ਫਿਰ ਡੱਡੂ ਤਰ੍ਹਾਂ ਪਤਾ ਹੀ ਨਹੀਂ ਕਿਤੇ ਟੁਰ ਗਿਆ ਮੁਰੀਦ ਹੋ ਗਿਆ ਕਛਵੇ ਤਰ੍ਹਾਂ ਪਤਾ ਹੀ ਨਹੀਂ ਕਿਤੇ ਚਲਾ ਗਿਆ ਮੱਛੀ ਤੜਫ ਜਾਂਦੀ ਜਾਨ ਦੇ ਛੱਡਦੀ ਅੱਛਾ ਕੀਮਤੀ ਸ਼ਾਇਦ ਨਾ ਚੁਕੇੜੀ ਡੱਡੂ ਕਛਵਾ ਜਾਂ ਮੱਛਲੀ ਇਹੋ ਜਿਹਾ ਇਸ਼ਕ ਰੱਖ ਪੀਰ ਨਾਲ ਕੀਮਤੀ ਬਣ ਜਾਂਦਾ ਉੱਥੇ ਇਲਮ ਦਾ ਸਿੱਕਾ ਨਹੀਂ ਚੱਲਦਾ ਜਿੱਥੇ ਇਸ਼ਕਰਾਂ ਦਾ ਡੇਰਾ ਨਾ ਮਕਤਬ ਸੇ ਨਾ ਕਾਲਜ ਕੇ ਦਰ ਸੇ ਪੈਦਾ ਦੀਨ ਹੋਤਾ ਹੈ ਬਜ਼ੁਰਗੋਂ ਕੇ ਨਜ਼ਰ ਸੇ ਪੈਦਾ ਵਜ਼ੀਫੋਂ ਵਿਰਦ ਚਿਲੋਂ ਸੇ ਅਗਰ ਹਾਸਲ ਖੁਦਾ ਹੋਤਾ ਓ ਮੁਰਸ਼ਦ ਬਿਨ ਖੁਦਾ ਮਿਲਤਾ ਤੋ ਮੁਰਸ਼ਦ ਕਬ ਰਵਾ ਹੋਤਾ ਸਦ ਕਿਤਾਬੋ ਸਦ ਵਰਕ ਦਰ ਨਰ ਕੁੰ ਰੂਏ ਦਿਲ ਰਾ ਜਾਨ ਬੇ ਦਿਲ ਦਰ ਕੁੰ ਕਿਤਾਬਾਂ ਨੂੰ ਸਾੜ ਦੇ ਅੱਗ ਡਾ ਦੇ ਕਿਸੇ ਅੱਲਾ ਦੇ ਵਲੀ ਨੂੰ ਦਿਲ ਦੇ ਕਾਲ ਰਾ ਬਗੁਜ਼ਾਰ ਮਰਦੇ ਹਾਲੇ ਸ਼ੋ ਪੇਸ਼ ਮਰਦੇ ਕਾਮਲੇ ਪਾ ਮਾਲ ਸ਼ੋ ਜੇ ਤੂੰ ਚਾਹੇ ਮੁਹੱਬਤ ਹੋ ਖੁਦਾ ਦੀ ਤਾਂ ਹੋ ਵੰਜ ਖਾਕ ਕਦਮੇ ਔਲੀਆ ਦੇ ਓ ਮੇਰਾ ਭਾਈ ਜੇ ਤੂੰ ਚਾਹਨਾ ਹੈ ਖੁਦਾ ਦੀ ਮੁਹੱਬਤ ਮੈਨੂੰ ਨਸੀਬ ਹੋਵੇ ਤਾਂ ਉਹ ਕਿਤਾਬਾਂ ਪੜ੍ਹਿਆ ਤਾਂ ਨਹੀਂ ਹੋਵੇ ਉਹ ਹੋਵੇਗੀ ਕਿਸੇ ਅੱਲਾ ਦੇ ਵਲੀ ਦੀਆਂ ਕਦਮਾਂ ਦੀ ਖਾਕ ਬਣ ਜਾਓ ਜਿਹੜੇ ਦੋਸਤ ਨਵੇਂ ਆਏ ਨੇ ਮੇਰੇ ਤੁਹਾਨੂੰ ਫਕੀਰਾਂ ਦੱਸਿਆ ਸੀ ਪਰਸੋਂ ਦੇ ਡਾਕਟਰਾਂ ਦੰਦ ਛਿੱਲੇ ਹੋਏ ਉਹ ਜਿਹੜਾ ਬਹੁਤਾ ਮਰੀਜ਼ ਤੰਗ ਕਰੇ ਨਾ ਉਹਦੇ ਮੂੰਹ ਵਿੱਚੋਂ ਥਰਮਾਮੀਟਰ ਪਾ ਛੱਡਦਾ ਅਤੇ ਹੁਣ ਇਹ ਬੋਲੇਗਾ ਤਾਂ ਨਹੀਂ ਪਤਾ ਨਹੀਂ ਇਹ ਵਜ੍ਹਾ ਬਣੀ ਮੈਂ ਤਾਂ ਜਿਹੜੇ ਡਾਕਟਰ ਕੋਲ ਜਾਵਾਂ ਉੱਥੇ ਵੀ ਤਬਲੀਗ ਕਰਦਾ ਕਈ ਫਾਲਜ ਵਾਲੇ ਬੰਦੇ ਡਾਕਟਰ ਉਹਨਾਂ ਨੂੰ ਮੈਂ ਜ਼ਿਕਰ ਦੱਸਿਆ ਉਹ ਫਿਰ ਇੰਜ ਖੜੋ ਰਹੇ ਅਤੇ ਮੈਂ ਨਿਕਲ ਵੀ ਗਿਆ ਤੋਂ ਮਗਰੂ ਵਹਿੰਦੇ ਰਹੇ ਇਹ ਕਰ ਕੀ ਗਿਆ ਮੇਰੇ ਨਾਲ ਹੋਇਆ ਆ ਮੈਂ ਹੁਣ ਕੀ ਕਰਾਂ ਮੇਰੇ ਨਾਲ ਵੀ ਇੰਜ ਹੋਇਆ ਫਿਕਰ ਨਾ ਕਰ ਜਿੰਨਾ ਖਾਧੀ ਸਗਲੇ ਦੀ ਦਾਲ ਉਹ ਨਾ ਰਲੇ ਬਿਰਾਵਾਂ ਨਾਲ ਉਹ ਮੁੜ ਨਿਕਲ ਗਿਆ ਗਰਮ ਸਵਾਬਾ ਕਰਾਮ ਨਿਕਲ ਗਿਆ ਗਰਮ ਇੱਕ ਲੱਖ ਤੇ 25,000 ਸਵਾਬਾ ਮਦੀਨੇ ਅਤੇ ਮੱਕੇ 'ਚ ਕਬਰਾਂ ਕਿਤਨੀਆਂ ਨੇ ਉਹ ਕਿਹਦੇ ਗਏ ਜਦੋਂ ਮੇਰੇ ਆਕਾ ਨੇ
तबलीग का शान दसिया जेड़े सुहाबी का पैदल आ या घोड़े ते आ जिधर मुंह आ उधर ही निकल गया। तो जे बंदा अपने आप तबलीग करे वो इतना असर नहीं कर दे। करण जग ते वाज उलमा चंगा पर इश्क बयान कुछ होर सुने। हैदराबाद बड़ा वड्डा जलसा बड़े बड़े मौलवी आए। एक मुफ्ती आलम वो अल्लाह हुस्समद ते 2 घंटे बोलिया। बड़ा इलम है ना। तो जिस वक्त वो ख़त्म करते आया तो मेरे उस्ताद मोहतरम मौलाना अब्दुल गफूर रहमतुल्लाह अलैह वो आए 7 बजे बंदे हैं फकीर आखन लग पे हज़रत साहब कोई तुसी बयान करो हज़रत साहब कोई तुसी बयान करो। वो मुफ्ती आंदा ये क्या करेगा। उस आखिया अगे तो मैं कोना करना हूँ मैं करा। 15 मिनट बोले सारा मजमा रो पे। जैसे वो थले उतरे ना उस मुफ्ती ने गालना ला फरमाते हैं मौलाना साहब ये कौन सी किताब पढ़ी आपने। आपने फरमाया जो तुम नहीं पढ़ी। आंदा यार मैं मुफ्ती हाँ इसे किताब का तो ना तो लो। उन्हें फरमाया मैं हक सोना साई पढ़ना। इतने हक सजन साई होकर शुरू कर दिता कर अखा मीट गए जिमें प्यारा करता है जिमें मुख्तारा करता है जिमें फकीर रियासत अली करता है। ये सारा कमाल तो मालकां दा है ना। यार मुल्क पैसे लेंदा तकरीर दे तुसी भी ले लिया करो। असि अपने सज्जन साहिब को लेने इन्ना की देना गरीबा जो उन्हें देना वो मुकना ही नहीं। ना कमाल दा सदका ना कारोबार दा सदका। मेरा की कारोबार मुक्ताना में छड़ गया जड़िया करदा ना मस्जिद व्यापार वो मज्जे कीमती ना कि बंदे कीमती ने इसी बंदे खरीदना शुरू कर दिया। ना माल दा सदका ना कारोबार दा सदका असें तां खाने लोको सजन साई यार दा सदका। असें तां खाने लोको सजन साई यार दा सदका। अल्लाह वालां दा सदका असल फसल कमाद हुंदी। असल फसल जोना होंदा उन्दे विच जड़ी बूटियां नहीं होंदी। मालक जदों खाद पाउंदा है मालक जदों पानी लाउंदा है वो तो असल फसल नूं दिंदा है ना। लेकिन जड़ियां दा भी काम बन जांदा है। असियां जड़ी बूटियां अल्लाह वाले खुदा दी असल फसल में रामतां बरकतां उन्हां ते उतरदियां ने। ते जे तू मजबूती ना दामन पकड़ी रखें शाने फकर के आगे सिकंदरी क्या कदी को खुदा दा वली वेखे जे बादशाह दे मिजार ते झुकदा हो दुआ मंगदा हो। लेकिन बादशाह खुदा दे वलियां दे झुक दरबार ते झुकदे भई असी उस जमात विच दाखिल आए। हुण सही फकीर बनो ना ना दे ना बनो
ਅਸਲ ਖੁਦਾ ਨੇ ਸਾਨੂੰ ਜਮਾਤ ਦੇ ਛੱਡੀ, ਅਸਲ ਪੀਰ ਦੇ ਛੱਡੇ। ਆਪਣੇ ਆਪ ਘਰ ਬਹਿ ਕੇ ਵੇਖਿਆ ਕਰ ਕਿ ਮੇਰੇ ਦਿਲ ਵਿੱਚ ਕਾਰੋਬਾਰ ਦੀ ਮੁਹੱਬਤ ਜ਼ਿਆਦਾ ਕਿ ਪੀਰ ਦੀ ਜ਼ਿਆਦਾ। ਕਾਰੋਬਾਰ ਛੱਡਣਾ ਨਹੀਂ, ਕਾਰੋਬਾਰ ਨੂੰ ਰਾਜ਼ਕ ਨਹੀਂ ਸਮਝਣਾ, ਕਾਰੋਬਾਰ ਨੂੰ ਸੁੰਨਤ ਸਮਝ ਕੇ ਕਰੋ। ਜਿਹੜੇ ਬਜ਼ੁਰਗ ਕਾਰੋਬਾਰ ਵੀ ਕਰਦੇ ਰਹੇ ਅਤੇ ਨਾਲ ਉਹਨਾਂ ਦੀਨ ਦਾ ਕੰਮ ਵੀ ਕੀਤਾ, ਉਹਨਾਂ ਦਾ ਮਕਾਮ ਉਹਨਾਂ ਬਜ਼ੁਰਗਾਂ ਨੂੰ ਜ਼ਿਆਦਾ ਹੋਇਆ ਜਿੰਨਾ ਕੰਮ ਨਾ ਕੀਤੇ ਹੁਣ ਅੱਲਾਹ ਦੇ ਬਜ਼ੁਰਗ ਤਾਂ ਹੈ। ਇਸੇ ਤਰ੍ਹਾਂ ਕਾਰੋਬਾਰ 'ਚ ਬਰਕਤ ਤਾਂ ਹੀ ਪਵੇਗੀ ਕਿ ਅੱਲਾਹ ਦੀ ਜ਼ਾਤ ਹੀ ਉਹਨਾਂ ਦੇ ਸਦਕੇ ਸਾਨੂੰ ਦਿੰਦੀ ਸ਼ਫਾਵਾਂ, ਉਹਨਾਂ ਕੋਲ ਔਲਾਦ, ਉਹਨਾਂ ਕੋਲ ਰਿਜ਼ਕ, ਉਹਨਾਂ ਕੋਲ ਇਲਮ, ਉਹਨਾਂ ਕੋਲ ਅੱਲਾਹ ਦੀ ਜ਼ਾਤ। ਇਹ ਚੀਜ਼ਾਂ ਉਹਨਾਂ ਦੇ ਸਦਕੇ ਦੁਨੀਆ 'ਤੇ ਵੇਚਦੇ ਨੇ, ਹੈਨ ਅੱਲਾਹ ਕੋਲ। ਜੋ ਅੱਲਾਹ ਚਾਹੁੰਦਾ ਉਹ ਹੁੰਦਾ। ਪਰ ਮੇਰੇ ਆਕਾ ਨੇ ਫਰਮਾਇਆ, ਜਿਹੜੀ ਬਿਮਾਰੀ, ਜਿਹੜੀ ਤਕਲੀਫ, ਜਿਹੜੀ ਜ਼ਰੂਰਤ ਤੈਨੂੰ ਕਿਸੇ ਚੰਗੀ ਥਾਂ 'ਤੇ ਲੈ ਜਾਵੇ ਉਹ ਰਹਿਮਤ। ਕਿਉਂਕਿ ਉਹਦੀ ਉਮਰ ਹੈ, ਬਿਮਾਰੀ ਦੀ ਉਮਰ ਹੈ, ਪਰੇਸ਼ਾਨੀ ਦੀ ਉਮਰ ਹੈ, ਉਹ ਘਟਦੀ ਜਾਂਦੀ। ਜੇ ਉਹ ਜਾ ਕੇ ਕਿਸੇ ਬੁੱਤ ਕੋਲ 'ਚ ਘਟ ਗਏ ਤਾਂ ਤੇਰਾ ਯਕੀਨ ਹੋਣਾ ਮੈਨੂੰ ਬੁੱਤ ਕੋਲ ਸ਼ਫਾ ਹੋਇਆ, ਤੇਰਾ ਅਕੀਦਾ ਉਹਦੇ ਹੋ ਜਾਣਾ। ਜੇ ਚੰਗੀ ਥਾਂ 'ਤੇ ਬਿਮਾਰੀ ਦੀ ਉਮਰ ਘਟੀ ਤਾਂ ਮੁੜ ਤੇਰਾ ਅਕੀਦਾ ਹੋ ਜਾਣਾ ਕਿ ਮੈਨੂੰ ਬਜ਼ੁਰਗਾਂ ਕੋਲ ਫਾਇਦਾ। ਇਸ ਵਾਸਤੇ ਰਹਿਮਤ ਬਣ ਗਿਆ ਜਿਨ੍ਹਾਂ ਦਾ ਅਕੀਦਾ ਪੁਖਤਾ ਹੈ, ਜਿੱਥੇ ਵੀ ਜਾਵਾਂ ਫਾਇਦਾ ਹੋਵੇ। ਇਹੋ ਆਖੇ ਇਹ ਮੇਰੇ ਪੀਰ ਦਾ ਸਦਕਾ। ਆਂਚ ਸਾਲ ਕਰਾ ਰਸਾਨਦ ਬਾ ਮੁਰਾਦ, ਇਹ ਤਕਾ ਦੋ, ਇਹ ਤਕਾ ਦੋ, ਇਹ ਤਕਾ। ਜਿਤਨਾ ਅਕੀਦਾ ਕਵੀ ਹੋਵੇ ਉਤਨਾ ਮੁਰੀਦ ਮੁਰਾਦ ਨੂੰ ਪਾ ਲੈਂਦਾ। ਮੁਹੱਬਤ ਮਾਂ ਬਾਪ ਨਾਲੋਂ ਜ਼ਿਆਦਾ ਰੱਖਿਆ, ਖੌਫ ਵਕਤ ਦੇ ਬਾਦਸ਼ਾਹ ਨਾਲੋਂ ਜ਼ਿਆਦਾ ਰੱਖਿਆ। ਬਜ਼ੁਰਗਾਂ ਨੂੰ ਮਿਲ ਗਏ, ਨਹੀਂ ਟਾਈਮ ਮਿਲਿਆ, ਨਹੀਂ ਮੁਸਾਫਾ ਹੋਇਆ, ਇੱਕ ਇਮਤਿਹਾਨ ਤਾਂ ਇਹ ਸ਼ੁਰੂ ਹੋ ਗਿਆ। ਉਹਦੇ ਦਿਲ 'ਚ ਆ ਗਿਆ ਕਿ ਬਜ਼ੁਰਗ ਮਿਲੇ ਹੀ ਨਹੀਂ, ਅਤੇ ਬਗੈਰ ਮਿਲਣ ਦੇ ਵੀ ਤੈਨੂੰ ਉਤਨਾ ਫਾਇਦਾ ਹੋ ਜਾਵੇ ਤਾਂ ਮੁੜ। ਬਾਜ਼ੀਦ ਬਸਾਮੀ ਰਹਿਮਤੁੱਲਾਹ ਅਲੈਹ ਇੱਕ ਵਾਰੀ ਤਹਿਜਦ ਦੀ ਨਮਾਜ਼ ਨਾ ਪੜ੍ਹੀ, ਹਮੇਸ਼ਾ ਪੜ੍ਹਦੇ ਹਾਂ, ਸ਼ੈਤਾਨ ਨੇ ਥੱਪੜ ਕੇ ਸਮਾ ਦਿੱਤਾ। ਉੱਠੇ, ਬੜੇ ਹੀ ਰੋਏ, ਮੇਰੀ ਤਹਿਜਦ ਕਜ਼ਾ ਹੋ ਗਈ, ਬੜੇ ਰੋਏ। ਦੂਸਰੀ ਰਾਤ ਸ਼ੈਤਾਨ ਆਣ ਕੇ ਖੁਦ ਉਠਾਉਂਦਾ ਪਿਆ। ਬਾਜ਼ੀਦ ਬਸਾਮੀ ਫਰਮਾਇਆ, ਤੂੰ ਕੌਣ ਹੈ? ਅਖੀਰੀ ਮਾਤ, ਸ਼ੈਤਾਨ, ਤੂੰ ਤਾਂ ਬੰਦਿਆਂ ਦੇ ਨੁਕਸਾਨ ਕਰਨਾ, ਅੱਜ ਤੋਂ ਮੈਂ ਹੁਣ ਸੱਜੇ ਤੋਂ ਉਠਾਉਂਦਾ। ਉਸ ਆਖਿਆ, ਜੀ ਕੱਲ੍ਹ ਮੈਂ ਤੁਹਾਨੂੰ ਸਵਾਲਿਆ ਨਾ, ਤੁਸੀਂ ਰੋਇਆ, ਅੱਲਾਹ ਦੀ ਜ਼ਾਤ ਨੇ ਪੂਰੇ ਸਾਲ ਦੀ ਤਹਜਦ ਤੁਹਾਡੇ ਨਾਮਾ ਮਾਰ ਲਈ। ਸ਼ੈਤਾਨ ਆਖਿਆ, ਇਹ ਸੂਲ ਨੇ ਜਲਿੰਦਾ, ਅੱਗੇ ਪੜ੍ਹ ਕੇ ਲੈਂਦਾ ਤਾਂ ਇੱਕ, ਅੱਜ ਪੜ੍ਹੀ ਵੀ ਕੋਈ ਨਹੀਂ ਤਾਂ ਸਾਲ ਦੀ ਵਿੱਚ ਹੀ ਕੋਈ ਸੁਸਤੀ ਹੋ ਜਾਵੇ ਤਹਜਦ ਵਿੱਚ, ਜਮਾਤ ਵਿੱਚ। ਇਨਸਾਨ ਹੈ ਨਾ, ਖਤਾ ਦਾ ਪੁਤਲਾ ਹੈ, ਕਈ ਗਲਤੀਆਂ ਉਹਨਾਂ ਨੂੰ। ਇਤਨਾ ਰੋ ਮਲਕਲ ਕਿਰਾਮਨ ਕਾਤੇ ਬੀਨ ਨੂੰ ਤਰਸ ਆ ਜਾਵੇ, ਇਤਨਾ ਰੋਂਦਾ ਪਿਆ। ਇਸ ਤਾਂ ਜੀ ਅੱਲਾਹ ਨੂੰ ਵੇਖਿਆ ਵੀ, ਇਸ ਤਾਂ ਕਬਰ ਦਾ ਅਜ਼ਾਬ ਅਜੇ ਸੁਣਿਆ, ਵੇਖਿਆ ਤਾਂ ਕੋਈ ਨਹੀਂ ਨਾ, ਕਿਤਨਾ ਇਹਦਾ ਯਕੀਨ ਹੈ ਕਿ ਮੈਂ ਗੁਨਾਹ ਕਰ ਬੈਠਾ, ਅੱਲਾਹ ਮੈਨੂੰ ਮਾਫ਼ ਕਰ, ਮੈਂ
ਬੋਲਦਾ ਤਾਂ ਪਿਆ, ਤਕਲੀਫ ਮੈਨੂੰ, ਜ਼ਬਾਨ ਮੇਰੀ ਜ਼ਖਮੀ ਹੋਈ। ਆ ਸਾਰੇ ਦੋਸਤ ਇਹਨੂੰ ਪੜ੍ਹੋ ਪੜ੍ਹੋ, ਪਿਛਲੇ ਕੰਧਿਆਂ 'ਤੇ ਹੱਥ ਰੱਖ ਲਓ। ਜਿੰਨਾ ਮੁਰੀਦ ਹੋਣਾ ਹੋਵੇ ਬਸ ਉਹ ਇਰਾਦਾ ਕਰ ਲੈਣਾ, ਭਾਵੇਂ ਪਿੱਛੇ ਬੈਠੇ ਨੇ ਉਹ ਮੁਰੀਦ ਹੋ ਜਾਂਦੇ, ਭਾਵੇਂ ਮੇਰੇ ਹੱਥਾਂ 'ਚ ਹੱਥ ਵੀ ਦੇ ਲਓ, ਇਰਾਦਾ ਨਹੀਂ ਬਹਿਸ ਨਹੀਂ ਹੋ। ਜਿਹੜੇ ਮੁਰੀਦ ਹੁੰਦੇ ਪਏ ਉਹ ਇਰਾਦਾ ਜ਼ਰੂਰੀ ਨਹੀਂ। ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾ ਰਹਿਮਾਨ ਰਹੀਮ, ਆਮਨਤ ਬਿੱਲਾਹਿ ਵਮਲਾਇਕਾਤਿਹਿ ਵਕੁਤੁਬਿਹਿ ਵਰੁਸੁਲਿਹਿ ਵਲਯੌਮਿਲ ਆਖਿਰਿ ਵਲਕਦਰਿ ਖੈਰਿਹਿ ਵਸ਼ਰਿਹਿ ਮਿਨੱਲਾਹਿ ਤਾਲਾ ਵਲਬਾਸਿ ਬਾਦਲ ਮੌਤ, ਅਸ਼ਹਾਦੁ ਅੱਲਾ ਇਲਾਹਾ ਵਅਸ਼ਹਾਦੁ ਅੰਨਾ ਮੁਹੰਮਦਨ ਅਬਦੁਹੁ ਵਰਸੂਲੁਹੁ। ਅਸਤਗਫਿਰੁਲਾਹ ਤਾਲਾ ਰੱਬੀ ਮਿਨ ਕੁੱਲੇ ਜ਼ੰਬਿਨ ਵਾਤੂਬੁ ਇਲੈ। ਦੁਆ ਮੰਗੋ ਅੱਲਾਹ ਤਾਲਾ ਦੀਨ ਦੁਨੀਆ ਦੀ ਮੁਸ਼ਕਲਾਂ ਆਸਾਨ ਕਰੇ, ਪਰੇਸ਼ਾਨੀਆਂ ਦੂਰ ਫਰਮਾਵੇ, ਅੱਲਾਹ ਦੀ ਜ਼ਾਤ ਹਰ ਕੰਮ 'ਚ ਬਰਕਤ ਫਰਮਾਵੇ। ਯਾ ਅੱਲਾਹ ਖਾਸ ਕਰਕੇ ਸਾਨੂੰ ਆਪਣੇ ਪੀਰਾਂ ਦੀ ਮੁਹੱਬਤ ਤਾਂ ਫਰਮਾਵੇ ਬੇਰਹਿਮਤ। ਜਿਹੜੇ ਮੁਰੀਦ ਹੋਏ ਹੋ ਉਹਨਾਂ ਦਾ ਪਹਿਲਾ ਸਬਕ, ਜਿਹੜੇ ਮੁਰੀਦ ਨਹੀਂ ਹੋਏ ਉਹਨਾਂ ਦਾ ਮੇਰੇ ਵੱਲੋਂ ਪਹਿਲਾ ਵੀ ਅਤੇ ਆਖਰੀ ਵੀ ਹੈ, ਲੇਕਿਨ ਕਰਨ ਦਾ ਤਰੀਕਾ ਇੱਕੋ ਹੀ। ਅੱਲਾਹ 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 ਅੱਲਾਹ, ਜਿਤਨਾ ਜ਼ਿਆਦਾ ਕਰੇਗਾ ਕੋਈ ਵੀ ਕਰੇਗਾ, ਕਾਲਾ ਕਰੇ, ਗੋਰਾ ਕਰੇ, ਗਰੀਬ ਕਰੇ, ਅਮੀਰ ਕਰੇ, ਜਿਹੜਾ ਜ਼ਿਆਦਾ ਕਰੇਗਾ ਫਾਇਦਾ ਉਸਨੂੰ। ਮੋਮਨਾ ਜ਼ਿਕਰੇ ਖੁਦਾ ਬਿਸਿਆਰ ਗੋ ਤਾਬ ਯਾਬੀ ਦਰਦ ਆਲਮ ਆਬਰੂ। ਹੈ ਮੋਮਨ, ਜੇ ਦੋ ਜਹਾਨ ਦੀ ਕਾਮਯਾਬੀ ਚਾਹੁੰਦਾ ਤਾਂ ਅੱਲਾਹ ਦਾ ਜ਼ਿਕਰ ਜ਼ਿਆਦਾ ਕਰਿਆ ਕਰੋ। ਟੈਂਕੀ ਵਿੱਚ ਪਾਣੀ ਸਾਫ਼ ਹੋ ਜਾਵੇਗਾ ਨਾ, ਟੂਟੀ ਜਿਹੜੀ ਖੋਲੇਗਾ ਪਾਣੀ ਸਾਫ਼ ਆਵੇਗਾ। ਜ਼ਿਕਰ ਨਾਲ ਦਿਲ ਦੀ ਸਫਾਈ ਹੁੰਦੀ। ਲੇ ਕੁੱਲੇ ਸ਼ੈਨ ਸ਼ਿਕਾਲਤਨ ਸ਼ਿਕਾਲਤਨ ਕਲੂਬ ਜ਼ਿਕਰ ਅੱਲਾਹ ਔ ਕਮਾ ਕਾਲਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ। ਮੇਰੇ ਆਕਾ ਨੇ ਫਰਮਾਇਆ, ਹਰ ਸ਼ਾਦੀ ਸਫਾਈ ਵਾਸਤੇ ਕੋਈ ਨਾ ਕੋਈ ਚੀਜ਼ ਹੁੰਦੀ ਹੈ, ਪਰ ਦਿਲਾਂ ਨੂੰ ਸਾਫ਼ ਕਰਨ ਵਾਸਤੇ ਅੱਲਾਹ ਦਾ ਜ਼ਿਕਰ ਕਰਿਆ ਕਰੋ। ਨਮਾਜ਼ 5 ਵਕਤ ਪੜ੍ਹੀ ਕਰੋ, ਮਾਂ ਬਾਪ ਦਾ ਅਦਬ ਇਹਤਰਾਮ ਕਰਿਆ ਕਰੋ। ਮੇਰੇ ਅਦਬ ਸਾਹਿਬ ਨੇ ਫਰਮਾਇਆ ਇਤਕੇ ਕਿ ਹੈਲਮੈਟ ਪਹਿਨਿਆ ਕਰ, ਜੇ ਸੜਕ 'ਤੇ ਜਾਂਦੇ ਹੋ ਤਾਂ ਖਿਆਲ ਰੱਖਿਆ ਕਰੋ ਕਿ ਸਾਨੂੰ ਤਕਲੀਫ ਵੀ ਨਾ ਹੋਵੇ ਅਤੇ ਕਿਸੇ ਨੂੰ ਵੀ ਨਾ ਹੋਵੇ। ਪਹਿਲੇ ਹਾਰਨ 'ਤੇ ਸਾਈਡ 'ਤੇ ਹੋਵੇ ਕਰੋ, ਇਹ ਸਾਡੀ ਆਦਤ ਬਣ ਗਈ, ਅਨਾਹ ਬਣ ਗਈ ਕਿ ਥੋੜ੍ਹੀ ਠੋਕਰ ਲੱਗ ਗਈ ਬਾਜ਼ੂ ਟੁੱਟ ਗਈ, ਉਹ ਤਾਂ ਪਰਚਾ ਦੇ ਲਵੇਗਾ, ਤੇਰਾ ਤਾਂ ਬਾਜ਼ੂ ਸਾਰੀ ਉਮਰ ਵਾਸਤੇ ਬੇਕਾਰ। ਕਮਾਈ ਕਰਦਾ ਪਿਆ, ਮਾਂ ਬਾਪ ਦਾ ਸਹਾਰਾ ਬਣਿਆ, ਉਹਨਾਂ 'ਤੇ ਵੀ ਰਹਿਮ ਕਰ, ਆਪਣੇ ਆਪ 'ਤੇ ਵੀ ਰਹਿਮ ਕਰ। ਫਜ਼ੂਲ ਖਰਚੀ ਨਾ ਕੀਤੀ ਕਰੋ, ਬੁਰੀਆਂ ਮਹਿਫਲਾਂ 'ਚ ਨਾ ਗਿਆ ਕਰੋ, ਹੁੱਕਾ ਸਿਗਰਟ ਨਾ ਪੀਤਾ ਕਰੋ। ਕਿਹੜੇ ਮੇਰੇ ਪੱਲਿਓਂ ਪੈਸੇ ਨਹੀਂ ਦਿਓ, ਕਿਵੇਂ ਔਖਾ ਹੋ ਕੇ ਕਮਾਉਣਾ ਮਿਸਤਰੀ ਸਾਹਿਬ, ਕੋਠਿਆਂ 'ਤੇ ਚੜ੍ਹ ਕੇ, ਕਿਤਨੀ ਮੰਜ਼ਿਲ 'ਤੇ ਚੜ੍ਹ ਕੇ, ਧੁੱਪ ਦੇ ਵਿੱਚ ਇਹ ਕਰਦੇ ਨੇ ਰਾਜਗੀਰੀ, ਅਤੇ ਫਿਰ ਆਪਣੇ ਹੱਥਾਂ ਨਾਲ ਉਸ ਪੈਸੇ ਨੂੰ ਅੱਗ ਲਾ ਛੱਡਦੇ, ਬੀਵੀ ਨੂੰ ਦੇ, ਬੱਚਿਆਂ ਨੂੰ ਦੇ, ਆਪ ਬਦਾਮ ਪੀ, ਆਪ ਦੁੱਧ ਪੀ, ਜਿਹਦੇ ਨਾਲ ਤੇਰੀ ਤਾਕਤ ਹੋਵੇ। ਸਿਗਰਟਾਂ ਨਾਲ ਕੀ ਤਾਕਤ ਹੁੰਦੀ, ਬਿਮਾਰੀਆਂ ਲੱਗਦੀਆਂ। ਬੀਵੀ ਬੱਚਿਆਂ 'ਤੇ ਖਰਚਾ ਕਰ, ਸਦਕੇ ਦਾ ਸਵਾਬ ਮਿਲੇਗਾ ਤੈਨੂੰ। ਜ਼ਿਕਰ ਹਰ ਵਕਤ, ਨਮਾਜ਼ 5 ਵਕਤ ਰੋਜ਼ ਲਿਖਿਆ ਕਰ। ਆਪਣੇ ਮੇਰੇ ਸੋਹਣਾ ਸਾਈਂ ਦੇ ਦੌਰ 'ਚ, ਸੱਜਣ ਸਾਈਂ ਦੇ ਦੌਰ ਵਿੱਚ
ਇਹ ਫਕੀਰਾਂ ਨੂੰ ਆਖਿਆ ਗਿਆ ਆਪਣੇ ਕੋਲ ਨਿੱਕੀਆਂ ਕਾਪੀਆਂ ਰੱਖੋ ਅਤੇ ਉੱਤੇ ਲਿਖੋ ਕਿ ਅੱਜ ਮੇਰੀ ਮੈਂ ਫਜਰ ਵੀ ਪੜ੍ਹੀਏ, ਜ਼ੋਹਰ ਵੀ ਪੜ੍ਹੀਏ, ਅਸਰ ਵੀ ਪੜ੍ਹੀਏ, ਫਿਰ ਅਸੀਂ ਚੈੱਕ ਕਰਾਂਗੇ। ਉਹਨਾਂ ਨੂੰ ਕਿਤਨਾ ਫਿਕਰ ਸਾਡਾ, ਹਾਂ ਜੇ ਸਿਗਰਟਾਂ ਛੱਡੀਆਂ ਤਾਂ ਪੈਸੇ ਸਾਡੇ ਬਚੇ, ਦਾੜੀ ਰੱਖਣ 'ਤੇ ਖਰਚਾ ਕੋਈ ਨਹੀਂ। ਜੇ ਦਾੜੀ ਮਨਾਉਣੀ ਛੱਡੀ ਤਾਂ ਖਰਚਾ ਸਾਡਾ ਬਚਿਆ, ਅਤੇ ਜੇ ਹੁਣ ਸਾਡੇ ਪੀਰਾਂ ਦੇ ਨੇ ਆਪਣੀ ਔਲਾਦ ਨੂੰ ਗੰਦੀਆਂ ਛਾਈ ਨਾ ਖਵਾਓ, ਬੱਚਿਆਂ ਨੂੰ ਘਰੋਂ ਤਲੀਮ ਦੇ ਕੇ ਭੇਜਿਆ ਕਿ ਟ੍ਰੈਫਿਕ ਦਾ ਇਹਤਰਾਮ ਕਰਨਾ ਹੈ, ਕਾਨੂੰਨ ਦਾ। ਤੁਸੀਂ ਵੀ ਬੱਚੇ ਹੀ ਹੋ, ਪਹਿਲਾਂ ਸੋਚ, ਜਿਸ ਬੱਚਾ ਹੁੰਦਾ ਕਿਹੜਾ ਅੱਬਾ ਅੱਬਾ ਖਨਾ ਤੇ ਖੁਸ਼ੀ ਆਈ, ਉਸ ਤੈਨੂੰ ਗਮ ਦਾ ਕੋ ਨਾ ਪਤਾ, ਮੁੜ ਤੈਨੂੰ ਸ਼ੌਕ ਆਇਆ ਮੈਂ ਅੱਬਾ ਬਣਾ, ਮੁੜ ਅੱਬਾ ਬਣ ਗਿਆ। ਹੁਣ ਸੁਣਾ, ਗੁਜ਼ਰ ਗਏ ਉਹ ਵਕਤ ਪੁਰਾਣੇ, ਗੁਜ਼ਰ ਗਈਆਂ ਉਹ ਘੜੀਆਂ, ਕਿੱਥੇ ਗਿਆ ਸੁਲੇਮਾਨ ਪੈਗੰਬਰ, ਕਿੱਥੇ ਗਈਆਂ ਉਹ ਪਰੀਆਂ। ਜਵਾਨੀ ਬਚਪਨ ਗਿਆ, ਫਿਰ ਜਵਾਨੀ ਆ ਗਈ, ਹੁਣ ਇਸ ਵੀ ਨਹੀਂ ਰਹਿਣਾ, ਫਿਰ ਬੁਢਾਪਾ ਆਵੇਗਾ, ਫਿਰ ਬੁਢਾਪੇ ਵੀ ਨਹੀਂ ਰਹਿਣਾ। ਉਹ ਦੋ ਚੀਜ਼ਾਂ ਤਾਂ ਤੂੰ ਜ਼ਾਇਆ ਕਰ ਬੈਠਾ, ਹੁਣ ਬੁਢਾਪੇ ਵਿੱਚ ਕਮਾਈ ਕਰ, ਆਖਰੀ ਓਵਰਾਂ ਵਿੱਚ ਚੌਕੇ ਛੱਕੇ ਲਾ। ਇਹ ਨਾ ਸੋਚੋ ਕਿ ਬੁੱਢਿਆਂ ਦੇ ਆਖਰੀ ਓਵਰ ਨੇ, ਤੁਸੀਂ ਵੀ ਸਮਝੋ, ਵੇਖਣ ਵਾਲੇ ਵੀ ਖੁਸ਼ ਹੋਣਗੇ, ਇਨਾਮ ਤਾਂ ਤੈਨੂੰ ਮਿਲਣਾ। ਕੋਈ ਪਲੇਅਰ ਚੰਗਾ ਖੇਡਦਾ ਚੌਕਾ ਤੋਂ ਬਾਹਰ ਕਿਤੇ ਤਾੜੀਆਂ ਅਤੇ ਉਹਨਾਂ ਨੂੰ ਵਜਦ ਹੋ ਜਾਂਦਾ, ਜਜ਼ਬਾ ਹੋ ਜਾਂਦਾ, ਨੱਚਦੇ ਨੇ ਕਿ ਟੱਪਦੇ ਨੇ, ਇਨਾਮ ਕਿਹਨੂੰ ਮਿਲਣਾ, ਪਲੇਅਰ ਨੂੰ ਮਿਲਣਾ। ਇਹੋ ਜਿਹੇ ਪਲੇਅਰ ਬਣੋ ਤਾਰੀ ਟੀਮ ਦੇ, ਖਾਸ ਕਰਕੇ ਬੁੱਢੇ ਬੰਦੇ, ਖਾਸ ਕਰਕੇ ਮੇਰੇ ਪੀਰ ਦੇ ਸਾਰੇ ਹੀ ਗੁਲਾਮ, ਚੌਕੇ ਛੱਕੇ ਮਾਰ। ਅੱਗੇ ਪੰਜ ਵਕਤ ਨਮਾਜ਼ ਪੜ੍ਹਨਾ, ਹੁਣ ਨਾਲ ਤਹਜਦ ਸ਼ੁਰੂ ਕਰ, ਦੁਨੀਆ ਦੇ ਕੰਮ ਤਾਂ ਮੁੱਕਣੇ ਹੀ ਨਹੀਂ। ਰੋਜ਼ੀ ਕੌਣ ਦਿੰਦਾ, ਮੂੰਹ ਨਾਲ ਆਖਦੇ ਅੱਲਾ, ਮੁੜ ਦੋ ਦੇ ਪਾਣੀ ਕਿਉਂ ਪਾਉਂਦੇ, ਫਿਰ ਰਿਸ਼ਵਤ ਕਿਉਂ ਲੈਂਦੇ। ਉਹ ਉਸ ਮੈਂ ਜਮਾਤ ਦਾ ਨਾਂ ਤਾਂ ਨਹੀਂ ਲੈਂਦਾ, ਉਹ ਇੱਕ ਸਾਲ 'ਚ ਪਰ ਤਰੇ ਚਾਰ ਲਤੀਫੇ ਦੇ ਛੱਡਦੇ ਨੇ, ਮੁੜ ਖਲੀਫੇ ਬਣਾ ਛੱਡਦੇ। ਹੁਣ ਅਨਾੜੀ ਬੰਦੇ ਨੂੰ ਡਾਕਟਰ ਬਣਾ ਛੱਡੋ ਤਾਂ ਬੰਦੇ ਹੀ ਮਰਨੇ। ਸਾਡੇ ਇੱਕ ਫਕੀਰ ਨੂੰ ਉਹ ਬੰਦਾ ਮਿਲਿਆ, ਆਂਦਾ ਕਿਤਵਾਂ ਸਬਕ ਹੈ, ਉਸ ਆਖਿਆ ਜੀ ਮੇਰਾ ਦੂਆ ਸਬਕ, ਕਿਤਨਾ ਅਰਸਾ ਹੈ ਮੁਰੀਦ ਹੋਏ ਨੂੰ, ਉਸ ਆਖਿਆ 5 ਸਾਲ, ਅਜੇ ਦੂਸਰੇ ਹੀ। ਇੰਝ ਕਰਕੇ ਉਸ ਵਿਚਾਰੇ ਨੂੰ ਬਦਜ਼ਨ ਕਰਨ ਦਾ ਤਰੀਕਾ ਹੈ। ਹੁਣ 100 ਰੁਪਈਆ ਹੋਵੇ ਡਾਲਰ ਦੇ ਮੁਕਾਬਲੇ 'ਚ ਕੀ ਹੋ, 50 ਵੀ ਲੈ ਲਵੇ ਅਤੇ ਡਾਲਰ 1 ਹੋਵੇ, ਉਹਦੀ ਕੀਮਤ ਜ਼ਿਆਦਾ ਹੈ। ਆਖੇ ਮੇਰਾ ਤਾਂ 5ਵਾਂ ਹੈ, ਤਾਂ ਮੈਨੂੰ ਉਸ ਦੱਸਿਆ ਇਹ ਗੱਲ, ਉਸ ਪਟਵਾਰੀ ਨੂੰ ਮੈਂ ਜਾਣਦਾ, ਕੋਈ ਕੁਦਰਤੀ ਕੰਮ ਪਿਆ ਮੈਨੂੰ ਇਤਫਾ ਕਿਹਾ, ਮੈਂ ਤਸੀਲੇ ਗਿਆ, ਉਹ ਰਿਸ਼ਵਤ ਪੈਦਾ। ਮੈਂ ਆਖਿਆ ਪੁੱਤਰ ਤੇਰਾ ਤਾਂ 5ਵਾਂ ਲਤੀਫਾ, ਬੜਾ ਹੀ ਸ਼ਰਮਿੰਦਾ ਹੋਇਆ,
ਮੁੜ ਕੇ ਦਾੜੀ ਵੀ ਕਟਾ ਗਿਆ, ਪਾਲੂ ਪੂਰੀ ਆ ਸੁਸ, ਮੁੜ ਉਹ ਵੀ ਕਟਾ ਗਿਆ। ਮੁੱਠੀ ਤੋਂ ਘੱਟ ਦਾੜੀ ਨਾ ਕੀਤੀ ਕਰੋ, ਜਾਂ ਤੁਹਾਨੂੰ ਮਜ਼ਾਕ ਕਰਨਾ ਨਾ ਉਸ ਥੋੜ੍ਹੀ 'ਤੇ ਵੀ ਕਰ ਲੈਣਾ, ਲੇਕਿਨ ਥੋੜ੍ਹੀ ਦਾ ਸਵਾਬ ਤੈਨੂੰ ਕੋਈ ਨਹੀਂ ਮਿਲਣਾ। ਜਿਵੇਂ ਮੁਨਾਵਾਂ ਨਾਲ ਆਇਆ ਨਾ ਗੁਨਾਹਗਾਰ, ਇਵੇਂ ਮੁੱਠੀ ਤੋਂ ਘੱਟ ਕਟਾਵਾਂ ਨਾਲ ਆ ਕੇ ਗੁਨਾਹਗਾਰ। ਜਦੋਂ ਰੱਖ ਜੂ ਲਈ ਯਾ ਤਾਂ ਇਹ ਵੱਲ ਆਵੇਂ ਨਹਾ, ਮੇਰੇ ਪੀਰ ਮਿੱਠਾ ਸਾਹਿਬ ਫਰਮਾਉਂਦੇ, ਯਾ ਤਾਂ ਇਹ ਵੱਲ ਆਵੇਂ ਨਹਾ, ਜੇ ਆਇਆ ਤਾਂ ਡੇਹ ਡੇਹ ਕਦਮ ਬੜਾ, ਵਾਹ ਵਾਹ ਕਰੇ ਸਾਰੀ ਖਲਕ, ਕਮਾਲ ਕਰ ਛੱਡਿਆ ਬੱਚੇ। ਜਿਦਾਂ ਦਾ ਮੁਰੀਦ ਹੋਇਆ ਨਾ, ਤਾਂ ਮੈਂ ਤਾਂ ਇਹ ਆਖਾਂਗਾ ਵੀ ਅੱਜ ਇਰਫਾਨ ਬੇਗ ਨੇ ਵੀ ਕਮਾਲ ਕਰ ਦਿੱਤਾ, ਪਗੜੀ ਬੰਨ ਕੇ ਆਇਆ, ਇਸ ਦੁੱਧ ਵੀ ਚੰਗਾ ਪੀਤਾ ਆ। ਹਾਂਜੀ, ਜਦੋਂ ਖੁਦਾ ਹਿਦਾਇਤ ਦੇ ਇਮਾਮਤ ਕਰਾਉਂਦਾ ਪਿਆ, ਮੁਫਤ ਕਰਾਉਂਦਾ ਪਿਆ, ਪਗੜੀ ਦੀ ਕਮੀ ਆਈ, ਹੁਣ ਸੁਣ ਕੇ ਜਾ ਕੇ ਲਾਹ ਨਾ ਛੱਡੀ, ਕਿਤਨੇ ਮਥੇਰੇ ਮਗਰ ਨਮਾਜ਼ ਪੜ੍ਹਨਗੇ, ਉਹਨਾਂ ਦੀ ਨਮਾਜ਼ 'ਚ ਵਜ਼ਨ ਹੋਵੇ। ਟੋਪੀ ਪਗੜੀ ਬੰਨ ਕੇ ਬੰਦਾ ਨਮਾਜ਼ ਪੜ੍ਹੇ ਅਤੇ ਪੰਜੀਆਂ ਨਮਾਜ਼ਾਂ ਦਾ ਸਵਾਬ ਵੱਧ ਜਾਂਦਾ, ਅਤੇ ਜੇ ਇਮਾਮ ਦਾ ਵੱਧ ਗਿਆ ਤਾਂ ਮੁਕਤਦਿਆਂ ਦਾ ਵੀ ਵੱਧ ਜਾਵੇ। ਜੇ ਇਮਾਮ ਮਿਸਵਾਕ ਕਰਕੇ ਮਿਸਵਾ ਵਜ਼ੂ ਕਰਦਾ ਅਤੇ 17 ਨਮਾਜ਼ਾਂ ਦਾ ਸਵਾਬ ਵੱਧ ਜਾਂਦਾ, ਅਤੇ ਜਿਹੜੇ ਮਗਰ ਪੜ੍ਹਨਗੇ ਉਹਨਾਂ ਦਾ ਵੀ 17 ਦਾ ਵੱਧ ਜਾਵੇ। ਇਹ ਕਬਰ 'ਚ ਪਤਾ ਲੱਗਣਾ ਮੈਂ ਕੀ ਖਰੀਦ ਕੇ ਆਉਂਦਾ। ਹਾਂ, ਤੇਰੀਆਂ ਡਾਢੀਆਂ ਸੱਸ ਨੇ ਨਾਣਾ ਨੇ, ਤੂੰ ਕੋਲ ਨਾਂਦੇ ਜਾਣਾ ਨੇ, ਉੱਥੇ ਜਾ ਕੇ ਤੇ ਪਛਤਾਉਣਾ ਨੇ, ਜਦੋਂ ਦੇਸਣ ਦਾਜ ਖਿਲਾਰ ਕੋਲੇ। ਕੀ ਲੈ ਕੇ ਆਈ? ਇੱਥੇ ਔਰਤਾਂ ਕਰਦੀਆਂ ਨੇ ਸੱਸ ਦਾ ਗਿਲਾ, ਉਹ ਮੈਨੂੰ ਆਉਂਦੀ ਕੀ ਲੈ ਕੇ ਆਈ ਆ ਮਾਪਿਆਂ ਕੋਲ, ਐਵੇਂ ਤੈਨੂੰ ਆਖਣਾ ਉੱਥੇ ਕਬਰ 'ਚ ਕੀ ਲੈ ਕੇ ਆਏ। ਉਸ ਦਿਨ ਤੂੰ ਡਰੋ, ਜਦੋਂ ਚੱਲੋ ਤਾਂ ਸ਼ੇਰਾਂ ਤਰ੍ਹਾਂ ਚੱਲੋ, ਨਜ਼ਰ ਜ਼ਮੀਨ ਦੀ ਤਰਫ ਹੋਵੇ, ਕੁੱਤੇ ਤਰ੍ਹਾਂ ਨਾ ਚੱਲੋ। ਕੁੱਤਾ ਚੱਲਦਾ ਦਾਏ ਬਾਏ ਦਾਏ ਬਾਏ ਵੇਖਦਾ, ਸ਼ੇਰਾਂ ਦੀ ਤਰ੍ਹਾਂ ਚੱਲੋ, ਕੁੱਤੇ ਦੀ ਤਰ੍ਹਾਂ ਨਾ ਚੱਲੋ। ਹੋਸ਼ ਦਰ ਦਮ, ਸਫ਼ਰ ਦਰ ਵਤਨ, ਨਜ਼ਰ ਬਰ ਕਦਮ। ਖਿਆਲ ਤੇਰਾ ਸਾਹ 'ਤੇ ਹੋਵੇ, ਹੋਸ਼ ਦਰ ਦਮ, ਦਮ ਸੱਦੇ ਨੇ ਸਾਹ, ਵੀ ਇਹ ਗਫਲਤ 'ਚ ਨਹੀਂ ਗੁਜ਼ਰ ਗਿਆ, ਕਿਤਨੀਆਂ ਮੱਝੀਆਂ ਨੇ ਕਿਤਨੇ ਡੱਗੇ ਨੇ, ਸਾਹ ਤਾਂ ਨਿਕਲ ਗਿਆ ਨਾ, ਜੇ ਹੈਲੋ ਆਖਿਆ ਤਾਂ ਸਾਹ ਤਾਂ ਨਿਕਲ ਗਿਆ ਨਾ, ਕਿਤਨਾ ਸਵਾਬ ਮਿਲਿਆ। ਜੇ ਅਸਲਾਮੋ ਅਲੈਕੁਮ ਆਖਿਆ ਤਾਂ 10 ਨੇਕੀਆਂ ਤਾਂ ਮਿਲਣਾ, ਭਾਵੇਂ ਬਗੈਰ ਵਜ਼ੂ ਦੇ ਆਖਿਆ। ਆਪਣੇ ਕੰਨਾਂ ਦਾ ਵੀ ਗੋਸ਼ ਬੰਦ ਇਸ ਤਰ੍ਹਾਂ ਦਾ ਕੁਝ ਹੈ, ਇਹ ਨਕਸ਼ਬੰਦੀ ਖਾਨਦਾਨ ਦਾ ਕੁਲੀ ਹੈ। ਸ਼ੇਰਾਂ ਤਰ੍ਹਾਂ ਜ਼ਿੰਦਗੀ ਗੁਜ਼ਾਰੋ, ਤੁਸੀਂ ਹੋ ਹੀ ਸ਼ੇਰ, ਮਤ ਬਦ ਬਦ ਦਿਲ ਹੋ ਕਿ ਮੈਂ ਅਜੇ ਦਾੜੀ ਵੀ ਕੋਈ ਨਹੀਂ ਰੱਖੀ। ਪੀਰ ਨਾਲ ਮੁਹੱਬਤ ਰੱਖ, ਦਾੜੀ ਜ਼ੋਰ ਨਾਲ ਆਵੇਗੀ, ਸ਼ੈਤਾਨ ਬਾਕੀ ਜ਼ੋਰ ਲਾ ਲਾ, ਇਹ ਹੁਣ ਆਉਣੀ ਆਉਣੀ ਆ। ਬੜਾ ਚਿਰ ਤੂੰ ਮੇਰਾ ਨੁਕਸਾਨ ਕੀਤਾ, ਤੂੰ ਹੀ ਸਾਡਾ ਦੁਸ਼ਮਣ ਹੈ, ਤਾਂ ਤੇਰੀ ਅਸੀਂ ਅੱਖ ਲੱਗੀ। ਹਾਂਜੀ, ਵਜਾ ਕੇ ਖੜਕਾ ਕੇ ਉਹਨੂੰ ਆਖੋ ਤੁਸੀਂ ਕੋਈ ਬੇਵਾਰਸ ਹੋ, ਸਾਡੇ ਪੀਰ ਤਾਕਤ ਵਾਲਿਆਂ ਨੇ। ਬਾਜ਼ੀਦ ਬਸਾਮੀ ਰਹਿਮਤੁੱਲਾ ਲੈ, ਉਹ ਗਾਂ ਨੂੰ ਠੁੱਡਾ ਮਾਰਿਆ, ਜ਼ਿੰਦਾ ਕਰ ਦਿੱਤਾ, ਕਈਆਂ ਦੇ ਦਿਲ ਜ਼ਿੰਦਾ ਕਰ ਛੱਡੇ।
ਸਾਰੇ ਬਜ਼ੁਰਗਾਂ ਦਾ ਫਤਵਾ ਹੈ ਕਿ ਬਾਜ਼ਿਦ ਬਸਤਾਮੀ ਦਾ ਮਕਾਮ ਸਾਰਿਆਂ ਬਜ਼ੁਰਗਾਂ ਵਿੱਚ, ਚਿਸ਼ਤੀਆ, ਕਾਦਰੀਆ, ਸੋਹਰਵਰਦੀ, ਉਹਨਾਂ ਵਿੱਚ ਇੰਝ ਹੈ ਜਿਵੇਂ ਜਬਰੀਲ ਦਾ ਮਕਾਮ ਸਾਰਿਆਂ ਫਰਿਸ਼ਤਿਆਂ ਵਿੱਚ। ਬਾਜ਼ਿਦ ਸਾਡਾ ਪੀਰ ਹੈ, ਜਾਫਰ ਸਾਦਕ ਸਾਡਾ ਪੀਰ ਹੈ। ਅੱਲਾ ਕਰੋ ਮਹਿਬੂਬ ਸੱਜਣ ਸਾਈਂ ਦਾ ਸਾਹਿਬਜ਼ਾਦਾ ਉਹ ਵੀ ਮੁਹੰਮਦ ਜਾਫਰ ਹੀ ਹੈ। ਅੱਲਾ ਉਸ ਨੂੰ ਵੀ ਐਸੇ ਮਕਾਮ ਨਾਲ ਨਵਾਜ਼ੇ, ਸਾਡਾ ਮਾਣ ਐਵੇਂ ਹੀ ਰਵੇ, ਉਹਨਾਂ ਦੇ ਨਾਲ ਅਕੀਦਤ ਸਾਡੀ ਐਵੇਂ ਹੀ ਰਵੇ, ਪੀਰ ਸੋਹਣਾ ਸਾਈਂ ਦਾ ਬਾਗ ਹਰਿਆ ਭਰਿਆ ਰਵੇ। ਅਲਾਬਾਦ ਨੂੰ ਖੁਦਾ ਆਬਾਦ ਰੱਖੇ। ਸਾਰਿਆਂ ਵਾਸਤੇ ਦੁਆ, ਜੋ ਵੀ ਮੁਰਾਦ ਲੈ ਕੇ ਆਇਓ ਸਾਰਿਆਂ ਵਾਸਤੇ। ਬਿਸਮਿਲ੍ਲਾ ਰਹਿਮਾਨ। ਬੇਰਹਿਮਤ ਹੈ।